कि नगर निगम दे विच सरेआम रिश्वत चल रही है, भ्रष्टाचार किन्ना वध चुकिया, किस तरह दे नाल रिश्वत लई जा रही है। हालांकि हर एक चप्पे चप्पे ते मौजूद लोग सब समझते ने, जो हर रोज़ इस दे विच विचरदे ने कि कित्थे किन्नी रिश्वत चल रही है। तस्वीर विखा रहे हैं तुहानू, एसोसिएटिव चिट्ठी विखा रहे हैं तुहानू, तस्वीर साफ तौर पर अपनी स्क्रीन पर वेख सकते हो, एसोसिएटिव चिट्ठी वेख सकते हो, जिस दे विच शिकायतों का पिटारा, शिकायतों के पिटारे दे विच साफ तौर पर इस मीटिंग खुलेआम प्रगट सिंह दे वालों लिखा गया किस तरह के नाल नगर निगम दे विच रिश्वत लई जा रही है। एक्सक्लूसिव तस्वीर विखा रहे हैं तुहानू, शिकायतां सामने आ रही ने, वारों वार शिकायतां कर रहे हैं। प्रगट सिंह की गल की जाए, सरपंचों की गल की जाए, मंत्रियों की गल की जाए, सरकार लानतां पाते हैं कि असी जो लोगों ने वादे किए थे वो लोग सानू जगाते हैं, सानू पुछते हैं, इस करके काम किया जाए, वादे किए जा पूरे। दोबारा तो प्रगट सिंह नाराज नजर आए हैं। सो सीधा चलते हैं साढ़े पत्रकार विनोद सभरवाल जी तो साढ़े नाल मौजूद ने। अगर विनोद इस चिट्ठी की गल करते हैं या फिर दोबारा तो नाराजगी की गल करते हैं, फिलहाल की कुछ कहना चाहते हो? जी बिल्कुल, जिस तरह कि जलंधर दे विच मंथली मीटिंग जड़ी रखी गई सी, जिदे विच कैबिनेट मंत्री ओपी सोनी भी पहुंचे सी, ते नाल दी नाल मैं तुहानू दस दवां कि कांग्रेस दे जड़े विधायक प्रगट सिंह जिस तरह कि अपनी सरकार तो नाराज चलते पे, अज जिहड़ा शिकायतां दा जो सिलसिला शुरू होया लिस्ट साडे कोल पहुंची है, इह लिस्ट दे विच सब तो उपर तुसी देख सकते हो कि प्रगट सिंह जी का नाम हैगा, भी उन्हां दीआं जिहड़ीआं शिकायतां ने ते उन्हां वल्लों जिहड़े मुद्दे उठाए गए ने, कलोनियां नूं रैगुलर करन दे मुद्दे उठाए गए हन, नाल दी नाल उन्हां ने विच लिखिया कि जिहड़े नगर निगम दे कर्मचारी हैगे आ कलोनियां ते जांदे आ उह पैसे दी वी मंग करदे आ। उस तों बाद जिहड़ा हैगा मीटिंग दे विच शामिल होर जे उन्हां ने भी काफी मुद्दे उठाए, और तों बाद हरदेव सिंह लाडी जिहड़े विधायक है ਉਹਨਾਂ ਦੀਆਂ ਵੀ ਸ਼ਿਕਾਇਤਾਂ ਨੇ, ਰਜਿੰਦਰ ਬੇਰੀ ਦੀਆਂ ਵੀ ਜਿਹੜੀਆਂ ਸ਼ਿਕਾਇਤਾਂ ਹੈਗੀਆਂ, ਰੋਡ ਨੂੰ ਲੈ ਕੇ ਜਾਂ ਗੱਲ ਕਰੀਏ ਕੰਪਨੀ ਬਾਗ ਚੌਂਕ ਤੋਂ ਲੈ ਕੇ ਬਸਤੀ ਅੱਡੇ ਤੱਕ ਜਿਹੜੀ ਰੋਡ ਕਾਫੀ ਜਾਮ ਰਹਿੰਦੀ ਹੈ, ਜਿਹੜਾ ਸਿਲਸਿਲਾ ਨਹੀਂ ਹਜੇ ਤੱਕ ਵੀ ਜਲੰਧਰ ਪੁਲਿਸ ਕੋਲੋਂ ਸੁਲਝ ਰਿਹਾ। ਉਹਦੇ ਨਾਲ ਨਾਲ ਲੰਬੇ ਪਿੰਡ ਚੌਂਕ ਦੀ ਜੇ ਸੜਕ ਦੀ ਗੱਲ ਕਰੀਏ ਤਾਂ ਕਾਫੀ ਦੇਰ ਤੋਂ ਅਰਸੇ ਤੋਂ ਉਹ ਸੜਕ ਜਿਹੜੀ ਟੁੱਟੀ ਪਈ ਹੋਈ ਹੈ ਜੰਡੂ ਸਿੰਘੇ ਤੱਕ। ਕੁੱਲ ਮਿਲਾ ਕੇ ਵਿਨੋਦ ਕਹਿ ਸਕਦੇ ਹਾਂ ਕਿ ਜੋ ਵਾਅਦੇ ਵਿਧਾਇਕਾਂ ਦੇ ਵੱਲੋਂ ਕੀਤੇ ਗਏ ਨੇ ਆਪਣੇ ਉਹਨਾਂ ਲੋਕਾਂ ਦੇ ਨਾਲ ਜਿਨ੍ਹਾਂ ਨੇ ਉਹਨਾਂ ਨੂੰ ਇੱਕ ਇੱਕ ਵੋਟ ਪਾ ਕੇ ਜਿਤਾਇਆ, ਉਹ ਸਾਰੇ ਵਾਅਦੇ ਪੂਰੇ ਨਹੀਂ ਹੋਏ, ਇਸ ਕਰਕੇ ਲੋਕਾਂ ਦੇ ਮੂੰਹ ਥੋ ਇਹਨਾਂ ਨੇ ਅੱਗੇ ਵੀ ਲੱਗਣਾ ਹੈਗਾ, ਵਿਧਾਇਕਾਂ ਨੇ ਸਾਰੇ ਵਾਅਦੇ ਇਸ ਕਰਕੇ ਯਾਦ ਕਰਾਏ ਜਾਂਦੇ ਨੇ। ਔਰ ਖਾਸ ਤੌਰ 'ਤੇ ਇਸ ਮੀਟਿੰਗ ਦੀ ਗੱਲ ਕਰਦੇ ਹਾਂ ਤਾਂ ਇਹ ਮੀਟਿੰਗ ਬਹੁਤ ਘੱਟ ਸੁਣੀ ਜਾਂਦੀ ਹੈ ਅਤੇ ਮੀਟਿੰਗ ਸ਼ਿਕਾਇਤਾਂ ਦੀ ਰੱਖੀ ਗਈ ਹੈ, ਇਸਦਾ ਮਤਲਬ ਬਹੁਤ ਸਾਰੀਆਂ ਸ਼ਿਕਾਇਤਾਂ ਦੀ ਪੂਰੀ ਲੰਬੀ ਲਿਸਟ ਹੋਏਗੀ ਤੁਹਾਡੇ ਕੋਲ। ਜੀ ਬਿਲਕੁਲ, ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਕਾਂਗਰਸ ਸਰਕਾਰ ਹੈ ਜਦੋਂ ਉਹਨਾਂ ਨੇ ਚੋਣ ਸ਼ੁਰੂ ਹੋਏ ਸੀ ਤਾਂ ਬਹੁਤ ਵਾਅਦੇ ਜਿਹੜੇ ਲੋਕਾਂ ਨਾਲ ਕਰਦੇ ਨਜ਼ਰ ਆ ਰਹੇ ਸਨ, ਪਰ ਹੁਣ ਜਿਹੜੇ ਉਹਨਾਂ ਦੇ ਆਪਣੇ ਹੀ ਵਿਧਾਇਕ ਜਿਹੜੇ ਬਾਗੀ ਹੁੰਦੇ ਦਿਖਾਈ ਦੇ ਰਹੇ ਹਨ, ਕਿਉਂਕਿ ਜਿਹੜੀ ਇਹ ਲਿਸਟ ਇਹ ਕਾਫੀ ਲੰਬੀ ਜਿਹੜੀ ਇਹ ਲਿਸਟ ਹੈਗੀ ਹੈ, ਜਿਨ੍ਹਾਂ ਵਿੱਚ ਜਲੰਧਰ ਦੇ ਜਿਹੜੇ ਸਾਰੇ ਵਿਧਾਇਕ ਹੈ ਉਹਨਾਂ ਦੇ ਵੀ ਜਿਹੜੇ ਨਾਂ ਸ਼ਾਮਿਲ ਹੈ, ਉਹਨਾਂ ਦੀਆਂ ਜਿਹੜੀਆਂ ਆਪਣੀਆਂ ਜਿਹੜੇ ਏਰੀਏ ਦੀਆਂ ਹਲਕੇ ਦੀਆਂ ਜਿਹੜੀਆਂ ਮੰਗਾਂ ਹੈਗੀਆਂ ਨੇ ਉਹ ਮੰਤਰੀ ਸਾਹਿਬ ਦੇ ਅੱਗੇ ਰੱਖੀਆਂ ਨੇ, ਪਰ ਵਿਧਾਇਕਾਂ ਨਾਲ ਵੀ ਜਦੋਂ ਆਪਾਂ ਗੱਲ ਕੀਤੀ ਤਾਂ ਉਹਨਾਂ ਦਾ ਵੀ ਕਹਿਣਾ ਸੀ ਵੀ ਆਪਣੀਆਂ ਮੰਗਾਂ ਲਗਾਤਾਰ ਅਸੀਂ ਸਰਕਾਰ ਦੇ ਅੱਗੇ ਰੱਖ ਰਹੇ ਹਾਂ, ਲੋਕਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾ ਰਹੇ ਹਾਂ, ਪਰ ਕਿਤੇ ਨਾ ਕਿਤੇ ਸਰਕਾਰ ਦੇ ਉੱਪਰ ਜਿਹੜਾ ਕੁਐਸਚਨ ਮਾਰਕ ਲੱਗਦਾ ਨਜ਼ਰ ਆਉਂਦਾ, ਕਿਉਂਕਿ ਬੜਾ ਲੰਬਾ ਅਰਸਾ ਹੋ ਗਿਆ, 3 ਸਾਲ ਹੋ ਗਏ ਸਰਕਾਰ ਨੂੰ, ਪਰ ਕਿਸੇ ਵੀ ਵਾਅਦੇ ਜਿਹੜੇ ਪੂਰੇ ਨਹੀਂ ਕੀਤੇ ਜਾ ਰਹੇ, ਚਾਹੇ ਉਹ ਸੜਕਾਂ ਦੇ ਹੋਣ, ਚਾਹੇ ਕਲੋਨੀਆਂ ਲਗਾਤਾਰ ਬਣੇ ਰਹੋ ਸਾਡੇ ਨਾਲ ਤੁਸੀਂ। ਨਿਊਜ਼ ਰੂਮ ਤੋਂ ਸਾਡੇ ਨਾਲ ਰਾਜਨੀਤਿਕ ਸੰਪਾਦਕ ਵੀ ਮੌਜੂਦ ਨੇ ਨਵਨੀਤ ਵੱਧਾ ਜੀ। ਨਵਨੀਤ, ਅਗਰ ਇਸ ਲਿਸਟ ਦੀ ਗੱਲ ਕਰੀਏ ਤਾਂ ਹੌਲੀ ਹੌਲੀ ਕਹਿ ਸਕਦੇ ਜਿਵੇਂ ਜਿਵੇਂ ਸਰਕਾਰ ਦਾ ਸਮਾਂ ਖਤਮ ਹੁੰਦਾ ਜਾ ਰਿਹਾ, ਹੌਲੀ ਹੌਲੀ ਨੇੜੇ ਆ ਰਿਹਾ, ਉਵੇਂ ਉਵੇਂ ਦੁਬਾਰਾ ਤੋਂ ਜਿਹੜੀ ਸ਼ਿਕਾਇਤਾਂ ਦਾ ਦੌਰ ਸ਼ੁਰੂ ਹੋ ਚੁੱਕਿਆ, ਔਰ ਕੁੱਲ ਮਿਲਾ ਕੇ ਸਥਿਤੀ ਕਾਫੀ ਖਰਾਬ ਨਜ਼ਰ ਆ ਰਹੀ ਹੈ ਸਰਕਾਰ ਦੇ ਖਿਲਾਫ। ਦੇਖੋ ਗੁਰਜੋਤ, ਸਭ ਤੋਂ ਪਹਿਲਾਂ ਜੇ ਮੈਂ ਜ਼ਿਕਰ ਕਰਾਂ ਅੱਜ ਦੀ ਜੋ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਜਲੰਧਰ ਦੇ ਵਿੱਚ ਰੱਖੀ ਗਈ ਸੀ, ਜੋ ਕਿ ਓਪੀ ਸੋਨੀ ਕੈਬਨਿਟ ਮੰਤਰੀ ਉੱਥੇ ਪਹੁੰਚੇ ਸੀਗੇ ਇਸ ਮੀਟਿੰਗ ਦੀ ਪ੍ਰਧਾਨਗੀ ਕਰਨ ਲਈ। ਕਈ MLAs ਉਸ ਇਲਾਕੇ ਦੇ ਨੇ ਜਿਨ੍ਹਾਂ ਦੀਆਂ ਸ਼ਿਕਾਇਤਾਂ ਸੀਗੀਆਂ, ਰਜਿੰਦਰ ਬੇਰੀ ਦੀ ਆਪਣੀ ਸ਼ਿਕਾਇਤ ਹੈ, ਹਰਦੇਵ ਸਿੰਘ ਲਾਡੀ ਸ਼ਿਰੋਵਾਲੀਆ ਵੱਲੋਂ ਵੀ ਸ਼ਿਕਾਇਤਾਂ ਸੀਗੀਆਂ, ਜਾਂ ਹੋਰ ਜਿਹੜੇ ਰਜਿੰਦਰ ਬੇਰੀ ਹੈਗੇ ਉਹਨਾਂ ਵੱਲੋਂ, ਮੇਅਰ ਨਗਰ ਨਿਗਮ ਵੱਲੋਂ ਵੀ ਕੁਛ ਸ਼ਿਕਾਇਤ ਸੀਗੀ, ਪਰ ਜਿਹੜੀ ਸਭ ਤੋਂ ਪਹਿਲੀ ਸ਼ਿਕਾਇਤ ਇਸ ਲਿਸਟ ਦੇ ਵਿੱਚ ਅਗਰ ਕਿਸੇ ਦੀ ਹੈ ਤਾਂ ਉਹ ਹੈ ਪ੍ਰਗਟ ਸਿੰਘ ਦੀ, ਜਿਸ ਵਿੱਚ ਬਾਕੀ ਸਾਰੇ MLA ਤੇ ਵਿਕਾਸ ਕਾਰਜਾਂ ਦੀ ਗੱਲ ਕਰ ਰਹੇ ਨੇ ਕਿ ਕਿਹੜੀ ਜਗ੍ਹਾ ਕੀ ਕੰਮ ਹੋਣਾ ਚਾਹੀਦਾ, ਪਰ ਪ੍ਰਗਟ ਸਿੰਘ ਵੱਲੋਂ ਜੋ ਅੱਜ ਇਸ ਮੀਟਿੰਗ ਦੇ ਵਿੱਚ ਸ਼ਿਕਾਇਤ ਕੀਤੀ ਗਈ ਹੈ ਉਹ ਸ਼ਿਕਾਇਤ ਹੈ
रिश्वतखोरी नूं लैके या सीधे तौर पर असीं कहीए कि किस तरह नाल नगर निगम दे विच रिश्वतखोरी चल रही है उस नूं लैके शिकायत की गई है, जिस विच उन्हां ने जिक्र किया कि जो अपनी इस सवाल जो प्रगट सिंह वालों चुकया गया कि MLA साहब वालों मुद्दा उठाया गया कि कॉलोनियों नूं रेगुलर करन संबंधी NOC लैण लई आम जनता की शिकायतों मुताबक कमिश्नर नगर निगम के दफ्तर विच कर्मचारियों वालों पैसे की मांग की गई है। सो बाकी सारे MLA वालों शिकायत की गई ने कि पुल बनना चाहिए, सीवरेज होना चाहिए, फलानी जगह फ्लाईओवर होना चाहिए, पर प्रगट सिंह ने अपनी ही सरकार की कारगुजारी से सवाल खड़े किए ने। पहली शिकायत प्रगट सिंह की जिस विच उन्होंने जिक्र किया है कि कमिश्नर नगर निगम के दफ्तर दे विच रिश्वत की मांग की जाती है, काम करने के लिए पैसे मंगे जाते हैं। सो सवाल वड्डा है कि जो एक MLA अपनी ही सरकार से पहला भी सवाल चुकदा रहा और हुण शिकायत निवारण कमेटी की मीटिंग दे विच उन्हां वल्लों अपनी सरकार तो सवाल पूछा गया कि नगर निगम कमिश्नर दे दफ्तर दे विच जिहड़ा ओह रिश्वतखोरी चल रही है। सो सवाल होर वड्डे हो जाते हैं। बिल्कुल बिल्कुल बहुत वड्डे सवाल है लगातार साढ़े नाल विनोद जी ने। विनोद अगर गल की जाए तो कुल मिला के इलाके दी शिकायतों की एक लिस्ट जी जारी हो चुकी है, हुण दी गल की जाए तो इसका रिएक्शन किसी का अज तक सामने आया? जिस तरह की प्रगट सिंह जी ने अब जरा मुद्दा चुकया है कॉलोनिया वाला, इसे तरह ही पिछले दिन भी एक मामला सामने आया कि जो विधायक वैसे के विधायक हैं सुशील रिंकू जो कारपोरेशन की टीम सील कर गई थी तो उन्होंने डिच के उपर चढ़ के प्रदर्शन कर गई थी, उन्होंने डिच के उपर चढ़ के प्रदर्शन करते नजर आए सन। पर अज फिर जरा प्रगट सिंह जी ने जरा मुद्दा चुकया है कि जरा नगर निगम के कमिश्नर के दफ्तर में जी पैसे की मांग की जाती है, जी कार्य प्रणाली प्रेषण चक लगाए है, कितने ना कितने साबित होता कि इन्हों के विधायक ही जड़े अपने सरकार तो संतुष्ट नहीं है, जेडे बार बार जड़े है सरकार के उपर ही जड़े मुद्दे चकते नजर आ रहे हैं। जी बिल्कुल बहुत वड्डे सवाल खड़े हो रहे हैं और कुल मिला के जिस तरह के नाले सब तो पहला नंबर प्रगट सिंह का सीगा तो वड्डे सवाल खड़े कर देते हैं। लोड़ है हुण सरकार नूं सख्ती दे नाल घट्टो घट अपने नुमाइंदे अपने मंत्रियों के वल गौर फरमाउण दी।